वालेकुम सलाम जी, की हाल है जी भाई जान? अल्हम्दुलिल्लाह ठीक ठाक। हाँ जी, अपना फ्रूट लाया? नहीं, लंडा यार भाई, फ्रूट या तुहानू भी पता ही है। अच्छा ते की भाव है इहदा? भाव की मतलब किंदा फ्रूट दा? मैं सारा फ्रूट भाई 1100 रुपए किलो पै जाना। पूछो भी अंब या कोई सेब को। अच्छा अच्छा अच्छा, ये अपना आलू बुखारा? आलू बुखारा है? हाँ जी आलू बुखारा। ते ये बुखारे चो होंदा? की मतलब बुखारे चो? स्वाद चो होंदा भाई। अच्छा स्वाद चो होंदा। हाँ जी। क्या खरमानी दा की भाव है? ये 300 रुपए किलो खरमानी। हाँ जी। अब महंगी नहीं? अगे कभी नहीं खाधी। डाइट गोली सुनी आ, कोल्ड ड्रिंक सुनी, घट मिठे वाला अंब, तो अल्लाह पाक दी नेमत है, फल तो सारे मिठे होंगे। अच्छा। हाँ जी, दादे मेरे नूं शुगर है ना? शुगर उन्दे फिर तुसी किलो इंसुलिन ले लो नाल। मखौल करदा घट मिठे वाला अंब? नहीं हाँ, चार ही अंब हैगा एक। बचपन च शुगर सी, लत कटी गई, ना लंगड़ा रखता। मिठी हुंदी आ भाजी। होर आलू बगाड़े दा की भाव? ਇਹ ਹੈਗਾ 250 ਰੁਪਏ ਕਿਲੋ। 250 ਰੁਪਏ? ਹਾਂ। ਅੱਛਾ, ਚੰਗਾ ਵੀ ਹੈਗਾ, ਉਹ ਬੰਦ ਕਰਕੇ ਰੱਖਿਆ ਹੋਇਆ ਉਹ ਪਿਆ ਸਾਹਮਣੇ। ਨਹੀਂ ਤੇ ਉਹ ਕੀ ਹਾਲ ਉਹਨੂੰ ਬੰਦ ਕੀਤਾ, ਉਹਨੂੰ ਬੇਹੋਸ਼ ਕੀਤਾ? ਹਾਂ ਬੇਹੋਸ਼ ਕਰਕੇ ਵੇਚੀਦਾ ਭਾਜੀ। ਉਹ ਅਸਲ 'ਚ ਪਤਾ ਕੀ, ਗਾਹਕ ਜਦੋਂ ਲੈ ਜਾਂਦਾ ਨਾ ਉਹਦੇ ਘਰੋਂ ਵਾਪਸ ਆ ਜਾਂਦਾ ਇੱਥੇ ਹੀ। ਹਾਂ, ਅੱਗੇ ਦੋ ਵਾਰੀ ਵੇਚਿਆ ਵਾਪਸ ਆ ਗਿਆ। ਬੜਾ ਸਮਝਾਇਆ ਉਹ ਡੱਬਾ। ਹਾਂ, ਡੱਬਾ ਬੰਦ ਕਰਕੇ ਰੱਖਿਆ, ਬੇਹੋਸ਼ ਕਰਕੇ ਵੇਚੀ। ਬੜਾ ਸਮਝਾਇਆ ਹੋਇਆ ਕਿ ਹਾਂਜੀ ਤਿੱਖਾ ਹੀ ਬਹੁਤ। ਬਿੱਲੀ ਹੈ ਇਹ, ਵਾਪਸ ਵੇਖ। ਅੱਛਾ ਯਾਰ, ਹੁਣ ਮੈਂ ਇਹ ਗੱਲ ਕਰਦਾ ਵਾਂ ਤੇ ਆ ਦੇ ਮੈਨੂੰ ਕੋਈ ਸ਼ੈਵਾ, ਇਥੋਂ ਫਰੂਟ ਲੈਣ ਆਇਆ ਵਾਂ। ਕੀ ਫਰੂਟ ਦੱਸੋ? ਤੇ ਇਹਦਾ ਕੀ ਆਪਣਾ ਕੇਲੇ ਦਾ ਕੀ ਰੇਟ ਆ? ਕੇਲਾ 200 ਰੁਪਏ ਦਰਜਨ। ਦਰਜਨ? ਤੇ ਜੇ 6 ਲੈਣੇ ਹੋਣ? 100 ਦੇ ਆ ਭਾਈ। ਕੀ? ਅੱਛਾ 100 ਦੇ। ਹਾਂ। ਤੇ ਜੇ 3 ਲੈਣੇ ਹੋਣ? ਲੈਣੇ ਵੀ ਆ। ਹੁਣ ਲੈਣ ਆਇਆ ਮੈਂ ਤੁਹਾਨੂੰ ਦੱਸਾਂ। ਨਹੀਂ, 6 12 ਤੋਂ ਟੁਰੇ ਆ, ਤਿੰਨਾਂ ਤੇ ਆ ਗਏ, ਮੈਨੂੰ ਲੱਗਾ ਤੁਸੀਂ ਇੱਕ ਤੇ ਆ ਜਾਣਾ ਐਂਡ। ਤੂੰ ਰੇਟ ਦੱਸ ਯਾਰ। ਮੈਂ 3 ਪਿਆਂ ਦੇ ਭਾਜੀ। 3 ਪਿਆਵਾਂ ਦੇ? ਹਾਂ। ਤੇ ਜੇ 1 ਲੈਣਾ ਹੋਵੇ? 1 ਤੁਸੀਂ ਉਦਾਂ ਹੀ ਲਵੋ ਤੇ ਮੇਰੀ ਜਾਨ ਛੱਡੋ। ਉਹ ਨਹੀਂ, ਮੈਂ ਯਾਰ ਰੇਟ ਦਾ, ਤੇਰੇ 1 ਦਾ ਰੇਟ ਦੱਸ ਦੇ ਤੂੰ। ਇਹ ਕਿਹੜੀ ਗੱਲ ਹੈ, ਤੂੰ ਤਾਂ ਲੜਦਾ ਪਿਆ। 20 ਰੁਪਏ ਦਾ 1। ਅੱਛਾ 20 ਦਾ? ਤੇ ਜੇ ਅੱਧਾ ਲੈਣਾ ਹੋਵੇ? ਕੀ ਗੱਲ, ਕੁਲਾਂ ਦੇ ਖਤਮ ਤੇ ਆ? ਮੈਨੂੰ ਤੂੰ ਨੀ ਠੀਕ ਲੱਗਦਾ। ਸਿਆਲਕੋਟ ਵਾਲੀ ਸਾਈਡ ਤੋਂ? ਅੱਛਾ ਸਿਆਲਕੋਟ। ਹਾਂ, ਕਿਉਂ ਤੁਸੀਂ ਡਾਕੂ ਪਾਉਣੇ ਇਹਨਾਂ? ਅਬ ਜਿੱਧਰੋਂ ਆਉਂਦੀ ਆਣ ਦੇ ਤੂੰ ਪੁੱਛੀ ਜਾਂਦਾ। ਮੈਂ ਕਿਹਾ ਸ਼ਾਇਦ ਰਾਹ 'ਚ ਕਿਤੇ ਬੰਦੇ ਪਾਉਣੇ ਆ। ਨਹੀਂ ਨਹੀਂ, ਮੈਂ ਤਾਂ ਵੈਸੇ ਪੁੱਛਣ ਦੇ ਬੰਦੇ, ਮੈਂ ਕਿਉਂ ਪੁੱਛ ਲਓ ਜੀ। ਹਾਂ, ਮੈਂ ਇਹਦੇ ਨਾਲ ਰਹਿਣਾ, ਮੈਨੂੰ ਪੁੱਛੀ ਯਾਰ। ਲੈਣਾ ਕਿੰਨਾ? ਹਾਂ, ਤੇ ਕੀ ਲੈਣਾ ਕਿੰਨਾ ਹੁਣ ਦੱਸੋ ਮੈਨੂੰ, ਮੈਂ ਸ਼ਾਪਰ। ਅੱਛਾ ਯਾਰ, ਮੈਂ ਨਾ ਐਵੇਂ ਕਰਦਾ ਹਾਂ, ਮੈਂ ਹੋ ਕੇ ਆਇਆ ਘਰੋਂ। ਅੱਛਾ, ਕਿਉਂਕਿ ਫਰੂਟ ਮੈਂ ਜ਼ਿਆਦਾ ਲੈਣਾ। ਅੱਛਾ, ਮੈਂ ਤੋੜਾ ਫੜ ਲਿਆ ਵਾਂ। ਖਾ ਤੂੰ ਇੱਕ ਇੱਕ ਰਿਹਾ, ਪੁੱਛ ਤੂੰ ਅੱਧੇ ਅੱਧੇ ਦਾ ਰਿਹਾ ਤੇ ਤੋੜਾ ਫੜ ਲਿਆਵਾਂ ਕੀ? ਫਰੂਟ ਮੈਂ ਜ਼ਿਆਦਾ, ਤੈਨੂੰ ਪਤਾ ਸ਼ਾਮ ਨੂੰ ਮੈਂ ਜ਼ਿਆਦਾ ਲੈ ਕੇ। ਤੁਸੀਂ ਫਿਰ ਇਦਾਂ ਕਰੋ, ਫਰੂਟ ਗੇਨ ਲਓ, ਉਹਨੇ ਤੋੜੇ ਵੀ ਲਈ ਆ, ਇਕੱਲਾ ਇਕੱਲਾ ਇੱਕ ਤੋੜੇ ਪਾ ਲਿਆ।
ਬੱਚਾ ਨਾਲ ਹੋਣਾ ਮੇਰੇ ਤੇ ਮੋਟਰਸਾਈਕਲ ਤੇ ਮੈਂ ਪਿੱਛੇ ਰਖਾਉਣਾ ਵਾ ਨਹੀਂ ਨਹੀਂ ਗੱਡੀਆਂ ਇੱਥੋਂ ਬਥੇਰੀਆਂ ਲੰਘਦੀਆਂ ਬਡਾਲਾ ਕਰਵਾ ਲੈਨੇ ਇੰਨਾ ਨਹੀਂ ਲੈਣਾ ਮਾਰ ਜਿੰਨਾ ਤੁਸੀਂ ਦੱਸ ਰਹੇ ਮੈਨੂੰ ਲੱਗਦਾ ਇੰਨਾ ਹੀ ਕਰਾਉਣਾ ਪੈਣਾ ਇੰਨਾ ਥੋੜਾ ਲੈਣਾ ਵਾ ਅੱਛਾ ਕਿੰਨਾ ਕੀ ਅੰਬ ਕਿੰਨਾ ਕਰਨਾ ਨਹੀਂ ਨਹੀਂ ਅੰਬ ਮੈਂ ਕਰਾਉਣਾ 1 ਮਿੰਟ ਤੇਰੀ ਗੱਲ ਸੁਣ ਮੇਰੀ ਇਹ ਤੂੰ ਹਾਲੇ ਸਬਰ ਕਰ ਮੈਂ ਆਇਆ ਕਰਾਂ ਕਿੰਨੀ ਕੀ ਦੇਰ ਸਬਰ ਕਰਾਂ ਇਹ ਆਪਣਾ ਬਸ ਇਹ ਜਿੰਨੀ ਦੇਰ ਚ ਮੈਂ ਤੈਨੂੰ ਪੁੱਛਦਾ ਇੰਨੀ ਦੇਰ ਚ ਮੈਂ ਸ਼ਾਮ ਤੱਕ 11 ਗਾਹਕ ਤੇ ਵੈਸੇ ਟੋਰ ਦੇਣਾ ਤੈਨੂੰ ਪਤਾ ਕਿ ਗਾਹਕ ਜਿਹੜਾ ਹੁੰਦਾ ਨਾ ਗਾਹਕ ਦਾ ਤੇ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਮੈਨੂੰ ਲੱਗਦਾ ਗਾਹਕ ਦਾ ਤਾਂ ਕੋਈ ਪਤਾ ਨਹੀਂ ਮੌਤ ਮੇਰੇ ਸਾਹਮਣੇ ਹੀ ਖੜੀ ਇੱਕ ਘੰਟਾ ਹੋ ਗਿਆ ਦਿਮਾਗ ਖਰਾਬ ਕੀਤਾ ਹੋਇਆ ਭਾਈ ਨਹੀਂ 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 ਇਹ ਗੱਲ ਨਹੀਂ ਹੈਗੀ ਹਾਂ ਅੱਛਾ ਤੇ ਮੈਂ ਫਿਰ ਨਾ ਐਵੇਂ ਕਰਦਾ ਵਾਂ ਮੈਂ ਆਇਆ ਫਿਰ ਕਿਧਰੋਂ ਘਰੋਂ ਵੀ ਤੋੜਾ ਫੜ ਲਿਆ ਮੈਂ ਤੈਨੂੰ ਜਾਣ ਕਿੰਨੇ ਦੇਣਾ ਭਾਈ 1.5 ਘੰਟੇ ਦਾ ਤੂੰ ਦਿਮਾਗ ਖਰਾਬ ਕੀਤਾ ਮੈਨੂੰ ਦੱਸ ਕੀ ਲੈਣਾ ਸੇਵ ਕਿੰਨਾ ਕਰਨਾ ਸੇਵ ਕਰ ਲੈਨੇ ਤੇ ਤੇਰੇ ਮੈਂ ਖਾਦਾ ਕੀ ਕੀ ਆ ਗੁਰਮਾਨੀ ਕਾਦੀ ਤੇ ਆਲੂ ਬਗਾਰਾ ਉਹ ਮੇਰੇ ਕੋ ਪੈਸੇ ਲੈ ਲਾ ਤੂੰ ਤੇ ਲੜਨ ਦੇ ਆ ਖੁਦਾ ਦੇ ਬੰਦੇ ਆ ਇੱਕ ਮੇਰੇ ਕੋ ਪੈਸੇ ਲੈ ਤੇ ਮੈਨੂੰ ਫਾਰਕ ਕਿੰਨੇ ਕਿਤੇ ਬਣ ਗਏ ਪੈਸੇ ਤੂੰ 1.5 ਘੰਟੇ ਦਾ ਮੇਰਾ ਦਿਮਾਗ ਖਰਾਬ ਕੀਤਾ ਹੋਇਆ ਉਹ ਕੀ ਵਜ੍ਹਾ ਦਿਮਾਗ ਮੈਂ ਤੇਰੇ ਦਿਮਾਗ ਨੂੰ ਕਹਿਦਾ ਇੱਕ ਗੁਰਮਾਨੀ ਲਈਏ ਤੇ ਇੱਕ ਆਲੂ ਬਗਾਰਾ ਲਿਆ ਬਣ ਗਏ ਕਿੰਨੇ ਰੁਪਏ ਬਣ ਗਏ 22 ਰੁਪਏ ਬਣ ਗਏ ਆ ਤੇ 22 ਰੁਪਏ ਲੈ ਮੇਰੇ ਕੋ ਇਹ ਕਿਹੜੀ ਗੱਲ ਆ ਮੈਂ ਆਇਆ ਤੋੜਾ ਲੈ ਕੇ 22 ਲੈ ਲਾ ਮੇਰੇ ਕੋਲੋਂ ਆ 1000 ਰੁਪਿਆ ਨਹੀਂ ਤੁਸੀਂ ਇਹ ਰੱਖ ਲਓ ਮੈਨੂੰ ਅਕਾਊਂਟ 'ਚ ਕਰਾ ਦਿਆ 22 ਰੁਪਏ ਅਕਾਊਂਟ ਤੇ ਹੈ ਨਹੀਂ ਟੁੱਟੇ ਨਹੀਂ ਹੈ ਨਹੀਂ ਇਹ ਟੁੱਟਾ ਸਾਡੇ ਉੱਥੇ ਤੂੰ 22 ਰੁਪਈਆ ਪਿੱਛੇ ਮੈਂ 1000 ਪੂਰੀ ਚੁੰਗੀ ਤੇ ਫਿਰਾਂ ਭਾਈ ਇਹਨੂੰ ਇੱਥੇ ਤੋੜ ਲੈ ਵੱਟੇ ਨਹੀਂ ਤੋੜਨਾ ਵੱਟੇ ਨਾ ਕਦੇ ਪਹਿਲੇ ਕਦੀ ਕਿਸੇ ਨੇ ਤੋੜਿਆ ਵੱਟੇ ਨਾ ਭਾਈ ਆ ਤੇ ਟੁੱਟ ਜਾਂਦੇ ਨਾ ਮੇਰਾ ਤੇਰਾ ਦਿਮਾਗ ਤੋੜਨ ਵਾਲਾ ਵੱਟੇ ਨਾ ਮੇਰਾ ਦਿਮਾਗ ਪਾਗਲ ਆ ਤੂੰ ਮੇਰਾ ਦਿਮਾਗ ਤੇ ਠੀਕ ਆ ਮੇਰਾ ਲੈਣੇ ਤੇ ਲੈ ਲੈ ਨਹੀਂ ਤੇ ਫਿਰ ਮੈਂ ਆਇਆ ਫਿਰ ਕੱਟ ਨਹੀਂ ਤੂੰ ਚੱਲੋ ਅਸੀਂ ਨਹੀਂ ਲੈਣੇ ਤੁਹਾਡੇ ਤੁਸੀਂ ਜਾਓ ਤੁਹਾਨੂੰ ਮਾਫ ਮੇਰੀ ਗੱਲ ਸੁਣੋ ਤੁਸੀਂ ਉਹ ਚੱਲ ਗਾ ਕਰਦੇ ਪਏ ਮੇਰੇ ਨਾਲ ਤੁਸੀਂ ਜ਼ਿਆਦਤੀ ਨਾ ਕਰੋ ਭਾਈ ਤੂੰ ਚੱਲ ਗਾ ਦਿਮਾਗ ਨਾ ਖਰਾਬ ਮੈਂ ਲੈ ਕੇ ਜਾਣਾ 1.5 ਘੰਟੇ ਦਾ ਦਿਮਾਗ ਖਰਾਬ ਕੀਤਾ ਚੱਲ